ਅਸਲਾਮ ਅਲੈਕੁਮ ਜੀ। ਮਾਸ਼ਾਅੱਲਾ ਸੁਬਹਾ ਦਾ 4:20 ਹੋ ਗਏ ਨੇ ਜੀ, ਔਰ ਅੱਲਾਹ ਖੈਰ ਕੀਤੀ ਅਤੇ ਸਟਾਕ ਸਾਰਾ ਸਾਡੇ ਕੋਲ ਮੌਜੂਦ ਜੇ। ਅੱਜ ਤਰੀਕ ਹੈਗੀ ਜੇ 20, ਇਹ GLI 17 ਮਾਡਲ 28 ਲੱਖ ਰੁਪਏ ਦੀ, ਔਰ ਇਹ 2016 15/16 30 ਲੱਖ ਰੁਪਏ ਦੀ ਗੱਡੀ ਮਿਲ ਜਾਏਗੀ ਆਟੋ GLI। ਉਸ ਤੋਂ ਬਾਅਦ ਜੀ ਸਿਟੀ ਏ ਸੇਲ ਹੋ ਗਈ 19 ਮਾਡਲ, ਮਾਸ਼ਾਅੱਲਾ 33 ਲੱਖ ਦੀ ਐਕਸਪਾਇਰ ਵਿਕੀ ਹੈ ਜੀ ਆਟੋ ਗੇਅਰ ਦੀ। ਇਸੇ ਤਰ੍ਹਾਂ ਹੀ ਇਹ ਹੋਂਡਾ ਸਿਟੀ ਆਟੋ ਗੇਅਰ ਦੀ ਹੈ, ਬਹੁਤ ਚੰਗੀ ਗੱਡੀ ਹੈ, ਔਰ ਇਹ ਗੱਡੀ ਮਿਲਦੀ ਜੇ ਕੋਈ 6 ਮਾਡਲ ਹੈ, 6 ਨਹੀਂ 7 ਹੈ, ਔਰ ਇਹ ਗੱਡੀ ਮਿਲ ਜਾਏਗੀ ਤੁਹਾਨੂੰ ਕੋਈ 18-24 ਥੱਲੇ ਮਿਲ ਜਾਏਗੀ। ਅੱਗੇ ਜਨਾਬ ਇਹ 6.5-6 ਲੱਖ ਦੀ ਉਮੀਦ ਹੈ ਵੀ ਸਾਂਸ ਨਹੀਂ ਮਿਲ ਜਾਏਗੀ, ਪਹਿਲੇ ਵੀ ਅਸੀਂ ਵੇਚੀ। ਫਿਰ ਆ ਗਈ ਇਹ ਅਲਟਸ ਹੈ 2021 ਮਾਡਲ 23 ਦਾ ਨੰਬਰ, ਡਿਮਾਂਡ ਇਹਦੀ ਕਰ ਰਹੇ ਹਾਂ ਜੀ ਅਸੀਂ ਕੋਈ ਅੰਦਾਜ਼ਨ 55 ਲੱਖ ਡਿਮਾਂਡ ਹੈ ਕਮੀ ਪੇਸ਼ੀ। ਨਿਕਲੋ ਅੱਲਾ ਇਸ ਕੋਲ ਸਮੋ ਤੁਸੀਂ, ਇਹ ਗੱਡੀ ਜੇ 2019 ਮਾਡਲ 40 ਕੁ ਲੱਖ ਰੁਪਏ ਦੀ ਮਿਲ ਜਾਏਗੀ ਅਪਲਾਈਡ ਫੇਅਰ ਸੁਬਹਾ ਦੀ ਡੇਟ 'ਚ। ਅੱਗੇ ਸਿਟੀ 13.5-13 ਲੱਖ ਰੁਪਏ ਦੀ ਮਿਲ ਜਾਏਗੀ 5 ਮਾਡਲ, ਬੜੀ ਚੰਗੀ ਗੱਡੀ ਹੈ, ਇਹ ਸੇਲ ਹੋ ਗਈ ਗੱਡੀ। ਇਹ ਅਲਟਸ ਹੈ 2016 ਮਾਡਲ 32 ਕੁ ਲੱਖ ਰੁਪਏ ਦੀ ਆਟੋ, ਫੇਸ ਲਿਫਟ ਹੋਈ ਹੈ। ਇਹ ਹੋਂਡਾ ਸੀਵਿਕ 2000 ਅਤੇ ਆਪਣਾ 22 ਮਾਡਲ RS ਟਰਬੋ, ਟੋਟਲ ਜੈਨੂਅਨ ਨਵੀਂ ਕੋਰ ਗੱਡੀ ਹੈ। ਇਹਦੀ ਡਿਮਾਂਡ ਹੈਗੀ ਜੇ ਫਾਈਨਲ ਜੀ ਡਿਮਾਂਡ ਹੈ ਗੱਡੀ ਦੀ 86 ਲੱਖ ਮੰਗਦੇ ਨੇ, ਕਮੀ ਪੇਸ਼ੀ ਹੋ ਜਾਏਗੀ। 20 ਮਾਡਲ ਦਾ ਹੋਂਡਾ ਜੇ 56-56 ਦਾ ਮਿਲ ਜਾਏਗਾ। ਇਹ ਗੱਡੀ ਜੇ 2002 ਮਾਡਲ 14 ਕੁ ਲੱਖ ਰੁਪਏ ਦੀ, ਇੱਥੇ ਹੀ ਹੋ ਆ, ਬਸ ਥੋੜ੍ਹਾ ਜਿਹਾ ਰਿਵਿਊ ਰਹਿ ਗਿਆ। ਇਹ 14 ਮਾਡਲ ਦੀ ਜ਼ੈਡ ਪੈਕੇਜ ਦੀ ਹੈ ਜੀ ਆਪਣਾ ਵਿਜ਼ਲ, ਇਹਦੀ ਡਿਮਾਂਡ ਹੈਗੀ ਹੈ 39 ਲੱਖ। 17 ਲੱਖ ਰੁਪਏ ਇਸ ਗੱਡੀ ਡਿਮਾਂਡ ਹੈ ਸਵਿਫਟ ਦੀ। ਇਹ ਗੱਡੀ ਜੇ ਵੀ ਆਪਣਾ ਵੈਗਨਰ ਟੋਟਲ ਜੈਨੂਅਨ 55.5 ਲੱਖ ਰੁਪਏ ਦੀ, 20/21 6.5 ਲੱਖ ਰੁਪਏ ਦੀ ਮਹਿਰਾਨ 11 ਮਾਡਲ, ਇਹ 9 ਲੱਖ ਰੁਪਏ ਦੀ, ਇਹਦਾ ਨਹੀਂ ਪਤਾ ਕਿੰਨੇ ਦੀ, ਹੁਣ ਦੱਸਾਂਗੇ ਸਵੇਰੇ। ਇਹ ਕੋਰੇ 2009 ਮਾਡਲ, ਇਹਦਾ ਸੇਲ ਹੋ ਗਈ, ਇਹ ਸੇਲ ਹੋ ਗਈ, ਚੰਗੀ ਗੱਡੀ ਮਾਸ਼ਾਅੱਲਾ ਜੀ। ਸਾਰਾ ਸਟਾਕ ਸਾਡੇ ਕੋਲ ਮੌਜੂਦ ਹੈ। ਟਾਈਮ ਵੇਖ ਲਓ ਕੀ ਹੋ ਗਿਆ ਸਾਡਾ, ਹੁਣ ਜਾਣ ਦਾ ਟਾਈਮ ਹੋਇਆ ਜੇ 4:25 ਹੋ ਗਏ ਨੇ ਸੁਬਹਾ ਦੇ, ਔਰ ਇਹ ਗੱਡੀ ਜੇ 2000 ਟੈਂਟੋ 2000 ਅਤੇ 11 ਮਾਡਲ 17 ਲੱਖ ਰੁਪਏ ਦੀ, ਲਿਆਨਾ 6 ਮਾਡਲ 9 ਲੱਖ ਰੁਪਏ ਦੀ। ਇਹ ਗੱਡੀ ਜੇ ਹੋਂਡਾ ਸਿਵਿਕ ਆਟੋ ਗੇਅਰ ਦੀ ਸਿੰਧ ਨੰਬਰ ਦੀ 14 ਲੱਖ ਰੁਪਏ ਡਿਮਾਂਡ ਹੈ, 13 ਕੁ ਲੱਖ ਰੁਪਏ ਦੀ ਲੈ ਲਵਾਂਗੇ। ਇਹ 2002 ਮਾਡਲ ਦੀ ਲਾਹੌਰ ਨੰਬਰ ਦੀ ਗੱਡੀ ਆਟੋ ਗੇਅਰ ਦੀ 12 ਕੁ ਲੱਖ ਰੁਪਏ ਦੀ ਉਮੀਦ ਹੈ ਵੀ ਲੈ ਲਵਾਂਗੇ, ਚੰਗੀ ਗੱਡੀ ਹੈ। ਇਹ 20 ਮਾਡਲ ਸਿਟੀ ਹੈ ਆਪਣਾ 11 ਮਾਡਲ, ਇਹ ਲੈ ਲਵਾਂਗੇ ਕੋਈ 20 ਕੁ ਲੱਖ ਰੁਪਏ ਦੀ ਉਮੀਦ ਹੈ। 18 ਮਾਡਲ ਵੈਗਨਾਰ ਹੈ ਆਪਣਾ ਸਵਿਫਟ, ਇਹ ਮੇਰੇ ਨਾਲ ਸੇਲ ਹੋ ਗਈ ਹੈ। ਇਹ ਡੱਬਾ ਜੇ 13.5 ਲੱਖ ਰੁਪਏ ਦਾ,
ਇਸੇ ਤਰ੍ਹਾਂ ਹੀ ਅੱਗੇ ਆ ਜਾਓ, ਜਿਹੜਾ ਸਟਾਕ ਸਾਡੇ ਕੋਲ ਮੌਜੂਦ ਹੈ। ਰੈਸਟਰੈਂਟ ਜੀਪ ਖੜ੍ਹੀ ਜੇ ਸਾਡੇ ਕੋਲ, ਚੰਗੀ ਗੱਡੀ ਆਪਣੇ ਇੰਜਣ ਗੇਅਰ ਦੇ ਵਿੱਚ, 30 ਲੱਖ ਰੁਪਏ ਡਿਮਾਂਡ ਕਰ ਰਹੇ ਨੇ ਇਹ ਗੱਡੀ 'ਚ, 35 ਲੱਖ ਰੁਪਏ ਡਿਮਾਂਡ ਇਹਦੀ। ਔਰ ਇਹ ਇੱਕ ਜੀ ਐਲ ਆਪਣਾ ਅਸੀਂ ਸਲੋਨ ਖੜ੍ਹੀ ਜੇ 14.5 ਲੱਖ ਰੁਪਏ ਦੀ, ਇਹ 2018 ਮਾਡਲ ਜੀ ਐਲ ਆਈ 36 ਲੱਖ ਰੁਪਏ ਦੀ ਮਿਲ ਜਾਏਗੀ, ਚੰਗੀ ਗੱਡੀ ਹੈ। ਇਹ ਪਰਾਡੋ ਖੜ੍ਹੇ ਜੇ 2, ਇਹਦੀ ਡਿਮਾਂਡ ਹੈ ਜੇ ਪਰਾਡੋ ਦੀ 65 ਲੱਖ ਦਾ ਮਿਲਣਾ, ਇਹ ਪਰਾਡੋ ਮਿਲਣਾ ਜੇ 85 ਲੱਖ ਦਾ, 6 ਮਾਡਲ 4000 ਪੈਟਰੋਲ। ਇਹ ਡਾਲਾ ਜੇ 92 ਲੱਖ ਰੁਪਏ ਦਾ ਮਿਲ ਜਾਏਗਾ, ਉਮੀਦ ਹੈ ਡਿਮਾਂਡ ਦੇ ਕਰੋੜ ਰੁਪਏ ਕਰ ਰਹੇ ਹਾਂ। 2019 ਮਾਡਲ ਹੈ, ਇਹ 16 ਮਾਡਲ ਗੱਡੀ ਆਪਣਾ ਹੈਗੀ ਜੇ, ਇਹ ਸੇਲ ਹੋ ਗਈ। ਬਾਕੀ ਇਹ ਸਟਾਕ ਸੇਲ ਹੋ ਗਿਆ ਸਾਰਾ, ਠੀਕ ਹੈ। ਮੁੰਡੇ ਧੋ ਰਹੇ ਨੇ ਗੱਡੀਆਂ ਅੱਜ, ਇਹਨਾਂ ਦੀ ਇਨਸ਼ਾਅੱਲਾ ਪੇਮੈਂਟਾਂ ਕਲੀਅਰ ਹੋਣਗੀਆਂ, ਠੀਕ ਹੈ ਜੀ। ਵੇਖ ਲਓ ਇਹਨਾਂ ਦੇ ਲੈਣ ਦੇਣ ਆਇਆ, ਸਾਡੇ ਨਾਲ ਰਾਬਤਾ ਕਰੋ 0333-43-6-302 'ਤੇ। ਬਿਜਲੀ ਬੰਦ ਹੋ ਗਈ, 6 ਵਜੇ ਨਹੀਂ ਬੰਦ ਹੁੰਦੀ? ਪਤਾ ਨਹੀਂ ਲੱਗਾ, ਰਾਤ ਐਵੇਂ ਲੰਘ ਗਈ। ਹਾਂਜੀ 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 ਅੱਛਾ ਗੱਲ ਆ, 5000 ਦੇਣਾ ਉਹਦਾ? ਨਹੀਂ, ਮੈਂ ਉਸਨੂੰ ਕਿਹਾ ਕਿ ਉਹ ਲੈਟਰ ਦੇਣਾ, ਆਈਡੀ ਕਾਰਡ ਦੀ ਕਾਪੀ ਦੇ, ਉਹ ਕੌਣ ਦੇਵੇਗਾ? ਉਹ ਉਹਨਾਂ ਕੋਲ ਡਾਇਰੈਕਟ ਲਵਾਂਗੇ ਨਾ। ਉਹ ਕੀ ਨਾਮ ਹੈ, ਸਮਾਰਟ ਕਾਰਡ ਵੀ ਇੱਕ ਲੈਣਾ, ਇੱਕ ਟੀਓ ਫਾਰਮ ਲੈਣਾ ਹੈ। ਲਓ ਜੀ, ਅਲ ਜਲੀਲ ਗਾਰਡਨ ਦੇ ਅੰਦਰ ਸਾਡਾ ਸ਼ੋਰੂਮ ਹੈ। ਅਗਰ ਕਿਸੇ ਬਾਈ ਨੇ ਕੋਈ ਵੀ ਗੱਡੀ ਸੇਲ ਕਰਨੀ ਹੋਵੇ ਜਾਂ ਲੈ ਦੇਣੀ ਹੋਵੇ ਜਾਂ ਲੈਣੀ ਹੋਵੇ, ਕੋਸ਼ਿਸ਼ ਕਰਿਆ ਕਰੋ ਬੁੱਧ ਜੁਮਾ ਇਤਵਾਰ 3 ਦਿਨ ਆਇਆ ਕਰੋ ਸਾਡੇ ਕੋਲ। ਹਰ ਤਰ੍ਹਾਂ ਦੀ ਗੱਡੀ ਸਾਡੇ ਕੋਲ ਹੁੰਦੀ ਹੈ, ਮਹਿਰਾਨਾ ਵੀ, ਕਲਟਸਾ ਵੀ, ਔਰ ਹੋਂਡਾ ਵੀ, ਟਿਓਟਾ ਵੀ, ਪਰਾਡੋ ਤੋਂ ਲੈ ਕੇ ਰੀਵੋ ਤੱਕ ਹਰ ਗੱਡੀ ਸਾਡੇ ਕੋਲ ਅਵੇਲੇਬਲ ਹੁੰਦੀ ਹੈ। ਬੁੱਧ ਜੁਮਾ ਇਤਵਾਰ 3 ਦਿਨ ਲਾਈਦਾ ਕਾਰ ਮੇਲਾ, ਸ਼ਾਮੀ 4 ਵਜੇ ਸਾਡਾ ਕਾਰ ਮੇਲਾ ਸ਼ੁਰੂ ਹੁੰਦਾ, ਸਾਰੀ ਰਾਤ ਗੱਡੀਆਂ ਵੇਚੀ ਦੀਆਂ ਨੇ। ਹਾਂਜੀ।